ਮੈਂ ਤੈਨੂੰ ਰਵੀ ਜਿਹੜਾ ਕੰਮ ਆਖਿਆ ਉਹਦਾ ਕਰ ਦੇਣਾ ਭਾਬੀ, ਤੂੰ ਦੇ ਹੋਰ ਜੱਗ ਬਜਾ। ਮੇਰੇ ਤਾਂ ਅੱਗ ਲੱਗੀ ਪਈ ਹੈ ਅੰਦਰ ਯਾਰ, ਮੈਂ ਤਾਂ ਦੱਸੂੰ ਅੱਗ ਦੀ ਕਿਹੜੀ ਗੱਲ ਕਰਦੇ ਯਾਰ, ਤੇਰੀ ਅੱਗ ਮੈਂ ਆਪੇ ਬੁਝਾ ਦੂੰ, ਠੀਕ ਹੈ ਨਾ ਤੂੰ ਕਦਰਿਆ ਨਹੀਂ ਬਾਬੇ, ਤੂੰ ਤਾਂ ਮੂੰਹ ਲਾਰੇ ਲਾਈ ਜਾਂਦੀ ਹੈਗੀ। ਕੀ ਹੋ ਗਿਆ ਮੈਂ ਇੱਥੋਂ ਨਹੀਂ ਸਭ ਸੁਭ ਹੁੰਦਾ ਹੈ, ਉਹ ਦੁਆ ਦਾ ਵਾਇਚ ਹੀ ਬੈਠੀ ਹੈ ਮੇਰੀ ਗੱਲ ਸੁਣ। ਨਵੇੜ ਲੈ ਕੰਮ ਕੁਮਾ ਨਵੇੜ ਲੈ ਬਸ, ਬਹਿ ਜਾ ਉਰੇ, ਅੱਜ ਤੂੰ ਬੈਠਣ ਨੂੰ ਕਹਿਤਾ, ਮੇਰੀ ਗੱਲ ਸੁਣ ਲੈ। ਮੇਰਾ ਭਾਈ ਆਉਂਦਾ ਕੇ, ਠੀਕ ਹੈ, ਉਹ ਪੜ੍ਹਿਆ ਚੰਡੀਗੜ੍ਹ, ਉਹਦੀ ਪੜ੍ਹਾਈ ਹੋ ਗਈ ਪੂਰੀ, ਠੀਕ ਹੈ ਠੀਕ ਹੈ, ਤੇ ਉਹਦਾ ਧਿਆਨ ਰੱਖਣਾ ਹੈ, ਤੇ ਮੰਨ ਕੇ ਪਿੰਡ ਚ ਪਹਿਲੀ ਵਾਰ ਆਉਂਦਾ, ਹੁਣ ਤੈਨੂੰ ਖਾਣੇ ਬਾਣੇ ਦਾ ਪਤਾ ਹੀ ਹੈ, ਵੱਡੇ ਸ਼ਹਿਰਾਂ ਚ ਕਿਹੋ ਜਿਹੇ ਖਾਣੇ ਹੁੰਦੇ ਹੈਗੇ, ਠੀਕ ਹੈ, ਤੇ ਉਹਨੂੰ ਉਹ ਨਾ ਹੋਵੇ। ਫਿਰ ਕੋਈ ਨੀ, ਉਹ ਕਿਹੜਾ ਕੋਈ ਉਹੀ ਗੱਲ, ਅੱਗੇ ਵੀ ਤਾਂ ਆਉਂਦੇ ਹੀ ਆ ਕੇ ਮੁੜ ਜਾਂਦਾ, ਅੱਗੇ ਤਾਂ ਆਉਂਦਾ ਨਾ, ਤੂੰ ਧਿਆਨ ਰੱਖਣਾ ਇਹ ਚੀਜ਼ਾਂ ਦਾ ਕਿ ਹੁਣ ਪੱਕਾ ਹੀ ਆ ਰਿਹਾ ਪੜ੍ਹਾਈ ਪੂਰੀ ਹੋ ਗਈ, ਪੜ੍ਹਾਈ ਉਹਦੀ ਹੋ ਗਈ ਪੂਰੀ, ਬਾਕੀ ਖਾਣੇ ਦਾ ਧਿਆਨ ਰੱਖਣਾ, ਵੱਡੇ ਸ਼ਹਿਰਾਂ ਚ ਰਹਿ ਕੇ ਆਇਆ, ਉਹਨੂੰ ਐ ਫੀਲ ਨਾ ਹੋਵੇ ਵੀ ਹਾਂ ਮੇਰਾ ਖਿਆਲ ਨਹੀਂ ਰੱਖਦੇ। ਠੀਕ ਹੈ, ਮੈਂ ਜਾਣਾ ਕੰਮ ਤੇ ਹੁਣ, ਠੀਕ ਹੈ, ਮੈਂ ਤਾਂ ਤੂੰ ਵੀ ਨਹੀਂ ਸਮਝਦਾ ਸੀਗਾ ਅੱਗੇ ਉਹਦੀ ਵੀ ਪੜ੍ਹਾਈ ਪੂਰੀ ਹੋ ਗਈ, ਅੱਗੇ ਆਉਂਦਾ ਸੀ ਆ ਕੇ ਇੱਕ ਅੱਧੀ ਰਾਤ ਲਾ ਕੇ ਵਾਪਸ ਚਲਾ ਜਾਂਦਾ ਸੀ, ਆ ਤਾਂ ਮੈਨੂੰ ਬਾਹਲਾ ਹੀ ਔਖਾ ਹੋ ਗਿਆ। ਹਾਂ ਹਾਂ ਚੱਲ ਮੈਂ ਪਹੁੰਚ ਗਿਆ ਯਾਰ। ਅੱਛਾ ਚੱਲ ਕੋਈ ਗੱਲ ਨੀ, ਮੈਂ ਤੈਨੂੰ ਜਾ ਕੇ ਗੱਲ ਕਰ ਦਾਂਗਾ। ਕਿੱਧਰ ਗਏ, ਕਿਵੇਂ ਭਾਬੀ, ਸਤਿ ਸ੍ਰੀ ਅਕਾਲ, ਹੋਰ ਠੀਕ ਹੈ, ਹਾਂ ਇਹ ਬੈਠੀ ਆ, ਵੈਸੇ ਬਹਿ ਗਈ ਸੀ। ਅੱਛਾ ਬਹਿ ਜਾ ਪਾਣੀ ਦੇ, ਦੋ ਮੈਂ ਦੂਜੇ ਕਮਰੇ ਚ ਜਾਂਦਾ ਗਾ, ਤੂੰ ਉੱਥੇ ਲਈ। ਬਾਈ ਉਹ ਤਾਂ ਕੰਮ ਤੇ ਗਿਆ, ਕੰਮ ਤੇ ਕਿੱਥੇ, ਇੱਥੇ ਲੱਗਿਆ ਹੈਡ ਫੈਕਟਰੀ ਚ, ਉੱਥੇ ਗਿਆ। ਅੱਛਾ ਤੇ ਰੋਟੀ ਬਣਾ ਦੇ ਮੈਨੂੰ, ਰੋਟੀ ਬਣਾ ਦਿੰਦੀ ਆ, ਹੋਰ ਪੜ੍ਹਾਈ ਹੋ ਗਈ ਪੂਰੀ, ਹੋਰ ਬਸ ਹੁਣ ਉਹਦਾ ਜੋਬ ਦਾ ਐਗਜ਼ਾਮ ਜਾ ਦੇਣਾ ਗਾ, ਤੇ ਬਸ ਉਸ ਤੋਂ ਬਾਅਦ ਲੱਗ ਕੇ ਫਿਰੀ ਜਮਾ। ਵਾਪਸ ਤਾਂ ਨਹੀਂ ਜਾਣਾ ਹੁਣ, ਹੈਂ ਵਾਪਸ ਤਾਂ ਨਹੀਂ ਜਾਣਾ, ਨਾ ਇੱਥੇ ਹੀ ਰਹਾਂਗੇ, ਕਿੰਨੇ ਸਾਲਾਂ ਬਾਅਦ ਤਾਂ ਮਸਾਂ ਰਹਿਣਾ ਆਇਆ ਅੱਗੇ। ਚਲ ਵਧੀਆ, ਰੋਟੀ ਖਾਣੀ ਹੁਣ, ਹੋਰ ਭੁੱਖ ਲੱਗ ਰਹੀ ਹੈਗੀ, ਬਣਾ ਦੀ ਜਲਦੀ ਬਣਾ ਦੇ ਪਰੌਂਠੇ, ਇਹਨੂੰ ਆਉਣ ਸਾਰੀ ਲੱਗ ਗਿਆ ਤਪਾਉਣ, ਇੱਕ ਤਾਂ ਹੈਗਾ ਸੀ ਠੱਟ ਕਰਨ, ਹੁਣ ਇਹ ਆ ਗਿਆ, ਹੁਣ ਕਹਿੰਦਾ ਜਾਣਾ ਵੀ ਨਹੀਂ ਵਾਪਸ, ਮੈਂ ਫੋਨ ਲਾ ਕੇ ਕੀਪੂ ਨੂੰ ਪਹਿਲਾਂ ਹੀ ਮਨਾ ਕਰ ਦਿੰਦੀ ਹਾਂ ਕਿ ਕਿਤੇ ਸਿੱਧੇ ਹੀ ਆ ਜੇ, ਨਹੀਂ ਆਈ ਨਹੀਂ ਪਤਾ, ਵੇਟ ਕਰੀ ਜਾਵੇ। ਹੈਲੋ ਹੈਲੋ, ਹਾਂ ਕੀਪੂ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਮੇਰਾ ਦਿਓਰ ਆ ਗਿਆ ਘਰੇ ਅੱਜ, ਅੱਛਾ ਤੇ ਤੂੰ ਇੱਧਰ ਆਈ ਨਾ, ਚੰਗਾ ਲੈ ਯਾਰ ਆ ਕੋਈ ਗੱਲ ਆ, ਫਿਰ ਹੁਣ ਦੇਖੀ ਮੈਂ ਕੀ ਕਰਾਂ, ਮੈਨੂੰ ਵੀ ਡਰ ਲੱਗਦਾ ਹੈਗਾ, ਤੇ ਉਹ ਵੀ ਨਹੀਂ ਹੈਗਾ ਘਰੇ, ਮੈਨੂੰ ਤਾਂ ਹੀ ਸੀ ਚੱਲ ਵਧੀਆ ਹੈਗਾ, ਤੇ ਜਾਂਦਾ ਜਾਂਦਾ ਹੀ ਕਹਿ ਗਿਆ, ਕਹਿੰਦਾ ਮੇਰਾ ਭਰਾ ਆਉਂਦਾ ਹੈਗਾ, ਉਹਦੀ ਪੜ੍ਹਾਈ ਪੂਰੀ ਹੋ ਗਈ, ਮੈਂ ਕਿਹਾ ਚੱਲ ਆ ਕੇ ਮੁੜ ਜੂਗਾ, ਤੇ ਹੁਣ ਆ ਕੇ ਬਹਿ ਗਿਆ, ਤਾਂ ਰੋਟੀ ਰੋਟੀ ਬਣਾ ਕੇ ਹਟੀ ਹੈਗੀ, ਮੈਂ ਆਪੇ ਟਾਈਮ ਕੱਢ ਲੂੰ, ਮੈਂ ਆਪੇ ਆ ਜੂੰਗੀ, ਤੂੰ ਮੈਂ ਇੱਧਰ ਨੂੰ ਯਾਰ ਮਿਲ ਲੈਂਦੀ, ਇੰਨੇ ਦਿਨ ਹੋ ਗਏ ਜਮਾ ਨਹੀਂ ਮਿਲੇ, ਤੂੰ ਕੋਈ ਗੱਲ ਨਹੀਂ, ਤੂੰ ਮੈਂ ਆਪੇ ਆ ਜੂੰਗੀ, ਤੂੰ ਬਸ ਇੱਧਰ ਆਈ ਨਾ, ਠੀਕ ਹੈ ਨਾ, ਮੇਰਾ ਦਿਓਰ ਘਰੇ ਆ ਰਿਹਾ ਹੈਗਾ, ਮੈਨੂੰ ਵੀ ਡਰ ਲੱਗਦਾ ਹੈਗਾ। ਚਲ ਯਾਰ ਠੀਕ ਆ, ਚਲ ਠੀਕ ਆ, ਐਂ ਨਹੀਂ ਪਤਾ ਹੁਣ ਆਵਾਜ਼ ਮਾਰਦੇ ਇੱਧਰ ਕਮਰੇ 'ਚ ਬੈਠਾ ਹੈਗਾ, ਚੰਗਾ ਕੋਈ ਨਾ ਕੱਢ ਲਈ ਟਾਈਮ, ਚੰਗਾ ਠੀਕ ਆ ਕੋਈ ਗੱਲ ਨਹੀਂ, ਚੰਗਾ ਬਸ ਆ ਰਹੇ ਗੀ ਬੰਦੂਆ ਹੋ ਕੇ ਦੁਬਾਰੇ ਘਰੇ, ਮੈਂ ਤਾਂ ਵਧੀਆ ਸੀਗੀ, ਵਗ ਜਾਂਦੀ ਸੀ, ਦੁੱਖ ਸੁੱਖ ਕਰ ਲੈਂਦੀ ਸੀ, ਮਿਲ ਆਉਂਦੀ ਸੀ, ਮੇਰੀ ਤਾਂ ਕਿਸਮਤ ਹੀ ਮਾੜੀ ਆ, ਮੈਨੂੰ ਲੱਗਦਾ ਵਧੀਆ ਸੀ, ਆਹ ਘਰੋਂ ਨਿਕਲਿਆ ਹੋਇਆ ਸੀਗਾ ਦਿਓਰ ਜਾ ਆ ਕੇ ਪੈ ਗਿਆ ਸੱਤੇ ਮੇਰੇ, ਨਾ ਹੁਣ ਕਿਤੇ ਜਾਣ ਜੋਗ ਰਹੀ ਹਾਂ, ਮੈਂ ਤਾਂ ਬੰਦੂਆ ਹੋ ਕੇ ਬਹਿ ਗਈ ਘਰ 'ਚ, ਇੱਥੇ ਕੋਈ ਤਾਂ ਪਲੈਨ ਬਣਾਉਣਾ ਹੀ ਪੈਣਾ ਮੈਨੂੰ, ਐਂ ਤਾਂ ਲੋਟ ਨਹੀਂ ਆਉਣਾ ਗਾ, ਐਂ ਤਾਂ ਮੇਰੀ ਜ਼ਿੰਦਗੀ ਉਦੋਂ ਵੀ ਦੁੱਖਾਂ 'ਚ ਹੋਜੂਗੀ, ਮੈਂ ਤਾਂ ਮਸਾਂ ਮਸਾਂ ਜ਼ਿੰਦਗੀ ਆਪਦੀ ਲੋਟ ਕਰੀ ਸੀ, ਪਤਾ ਨਹੀਂ ਕੀ ਕਰੀ ਜਾਂਦਾ, ਪਿੱਛਾ ਜਾਓ ਕਿਤੇ ਕਿਹਦੇ, ਸੌਂ ਗਿਆ ਹੋਰ
ਤੇ ਮੈਂ ਕੱਪੜੇ ਪ੍ਰੈਸ ਕਰਦੀ ਸੀਗੀ, ਜੇ ਕਿਤੇ ਮੈਂ ਜਾਣਾ ਕਰਨਾ ਤਾਂ ਮੈਂ ਦੱਸ ਦੇ, ਤੇਰੇ ਕੱਪੜੇ ਪ੍ਰੈਸ ਕਰ ਦੇਣੀ ਮੈਂ। ਤਾਂ ਕਿਤੇ ਨਹੀਂ ਜਾਣਾ ਹੈਗਾ, ਕਿਉਂ ਬਾਹਰ ਘੁੰਮਣ ਘੁੰਮਣ ਜਾਣਾ ਨਹੀਂ? ਹੁਣ ਘੁੰਮ ਫਿਰ ਫਿਰ ਕੇ ਥੱਕੇ ਪਏ ਆਂਗੇ, ਬਸ ਘਰੇ ਰੈਸਟ ਕਰਨੀ ਹੈਗੀ। ਉੱਥੇ ਕਿਹੜਾ ਤੂੰ ਘੁੰਮਦਾ ਸੀਗਾ, ਉੱਥੇ ਤਾਂ ਪੜ੍ਹਾਈ ਕਰਦਾ ਸੀ। ਮਾੜਾ ਮੋਟਾ ਤਾਂ ਜਾਈ ਜਾਂਦੇ ਸੀਗੇ, ਉਹ ਤਾਂ ਅੱਥਣ ਸਵੇਰ ਜਾਂਦੇ ਸੀਗੇ, ਹੁਣ ਇੱਥੇ ਆਏ ਆਗਾ, ਕਿੱਥੇ ਚੰਡੀਗੜ੍ਹ, ਕਿੱਥੇ ਆਪਣਾ ਮਾਨਸਾ ਸ਼ਹਿਰ, ਤੂੰ ਸ਼ਹਿਰ ਸ਼ੁਰ ਜਾ ਆ, ਕੁਛ ਲਏ ਆ। ਕੋਈ ਗੱਲ ਨੀ, ਮੈਂ ਵਗ ਜੂੰਗਾ, ਤੈਨੂੰ ਕੀ ਹੁੰਦਾ। ਮੈਂ ਤਾਂ ਵੈਸੇ ਪੁੱਛ ਰਹੀ ਸੀ, ਮੈਂ ਹਮੇ ਕੱਪੜੇ ਪ੍ਰੈਸ ਕਰ ਦੇਣੇ, ਕਿਤੇ ਆਈ ਉੱਠ ਕੇ ਵਗ ਜੇ, ਨਾ ਦੱਸੇ ਕੋਈ ਸੰਗਤ ਨਾ ਨੂੰ। ਕੋਈ ਨਾ, ਕਿਉਂ ਸੰਗਤ ਨੂੰ ਦੱਸ ਕੀ, ਮੈਂ ਆਪੇ ਦੱਸ ਦੂੰਗਾ, ਤੂੰ ਕੰਮ ਕਰ ਲੈ। ਇਹ ਨਹੀਂ ਦੱਸਦਾ ਕੁਛ ਵੀ, ਨਾ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ। ਕਿੰਨੀ ਕਰੀ ਚੱਲੋ, ਇਹਦਾ ਤਾਂ ਕੀ ਕਰਾਂ। ਅੱਜ ਤਾਂ ਮਿਲ ਹੀ ਆਉਣੇ ਆ, ਵਧੀਆ ਰੋਜ਼ ਮਿਲਦੇ ਸੀ, ਉਹਦਾ ਦਿਓਰ ਜਿਹਾ ਪਤਾ ਨਹੀਂ ਕਿੱਧਰ ਆ ਜਾਂਦਾ, ਨਜ਼ਾਰੇ ਸੀਗੇ। ਹੁਣ ਕਹਿੰਦੀ ਟਾਈਮ ਨਹੀਂ ਲੱਗਦਾ, ਅੱਜ ਤਾਂ ਘਰੇ ਵੀ ਨਹੀਂ ਹੈਗਾ, ਮੌਕਾ ਵਧੀਆ ਮਿਲ ਗਿਆ ਅੱਜ ਤਾਂ, ਫਿਰ ਸਮਾਰ ਕੀ ਕਰਕੇ। ਇੱਧਰ ਬੈਠੀ ਹੋਈ, ਉਹ ਬੈਠੀ ਆ ਸਾਹਮਣੇ। ਆਹਾ, ਆ ਗਈ, ਕਿਵੇਂ ਸੋਹਣੀ, ਵਧੀਆ ਯਾਰ। ਤੂੰ ਤਾਂ ਜਮੀ ਮਿਲਣ ਨੂੰ ਹਟ ਗਈ, ਪਾਸੇ ਹੀ ਵਰਤਣ ਲੱਗ ਗਈ। ਮੈਂ ਕੀ ਕਰਾਂ, ਦੇਖੀ ਯਾਰ, ਹੁਣ ਮੈਂ ਤੈਨੂੰ ਦੱਸ ਤਾਂ ਦਿੱਤਾ ਸੀ, ਮੈਂ ਤੈਨੂੰ ਫੋਨ ਤੇ ਦੱਸਿਆ ਨਹੀਂ ਸੀਗਾ। ਯਾਰ ਮੇਰਾ ਤਾਂ ਜਮੀ ਨਹੀਂ ਜੀ ਲੱਗਦਾ ਤੇਰੇ ਬਿਨਾਂ ਜੀ। ਤੇ ਤੇਰਾ ਨਹੀਂ ਜੀ ਲੱਗਦਾ, ਮੇਰਾ ਕੀ ਜੀ ਲੱਗਦਾ? ਮੈਂ ਤਾਂ ਮਸ ਚਾਰ ਦੀਵਾਰੀ ਚ ਬੰਦੂਆ ਹੋ ਕੇ ਬਹਿ ਗਈ, ਮੈਂ ਕੀ ਕਰਾਂ। ਪਹਿਲਾਂ ਵਧੀਆ ਸੀਗਾ, ਪਹਿਲਾਂ ਜਿਹੜਾ ਉਹਦਾ ਕੰਮ ਤੇ ਲੱਗਦਾ ਸੀ, ਸ਼ਾਮ ਨੂੰ ਕਿਤੇ 7-8 ਵਜੇ ਘਰੇ ਆਉਂਦਾ ਗਾ। ਉਹ ਪਹਿਲਾਂ ਤਾਂ ਘਰੇ ਵੀ ਆ ਜਾਂਦਾ ਸੀ ਨਿਚਿਤਾ, ਫਿਰ ਉਹੀ ਤਾਂ ਗੱਲ ਆ, ਹੁਣ ਉਹ ਮੇਰਾ ਦਿਓਰ ਹੈਗਾ ਬਥੇਰੇ, ਮੈਂ ਤਾਂ ਲੈਲੇ ਪੇਪੇ ਕਰਦੀਆਂ ਵੀ, ਤੈਨੂੰ ਕੱਪੜੇ ਪ੍ਰੈਸ ਕਰਕੇ ਦੇਵਾਂ, ਤੈਨੂੰ ਪਰੌਂਠੇ ਬਣਾ ਕੇ ਦੇਵਾਂ, ਜੇ ਵੀ ਬਾਹਰ ਵਗ ਜੇ 2 ਮਿੰਟ, ਨਾ ਵੀ ਉਹ ਤਾਂ ਹਿਲਦਾ ਹੀ ਨਹੀਂ ਹੈਗਾ, ਇਹੀ ਬੈਠਾ ਰਹਿੰਦਾ, ਇੱਥੇ ਹੀ ਬੈਠਾ ਰਹਿੰਦਾ ਇਸੇ ਰੂਮ 'ਚ। ਹੁਣ ਤਾਂ ਮੇਰਾ ਤਾਂ ਬੜਾ ਔਖਾ ਹੋਇਆ ਪਿਆ ਯਾਰ, ਕੀ ਕਰਾਂ, ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦਾ ਹੈਗਾ। ਹੁਣ ਕਿੱਧਰ ਗਿਆ, ਪਤਾ ਨਹੀਂ ਕਿੱਧਰ ਗਿਆ, ਕਦੇ ਉੱਤੋਂ ਨਾ ਆ ਜਾ, ਕੰਮ ਔਖਾ ਹੋ ਜਾਏ। ਨਹੀਂ ਆਉਂਦਾ ਹੈਗਾ, ਅੱਜ ਤਾਂ ਹੁਣ ਜਦੋਂ ਜਾਂਦਾ ਗਾ, ਘੰਟਾ ਡੇਢ ਘੰਟਾ ਮੁੜਦਾ ਵੀ ਨਹੀਂ, ਹਜੇ ਤਾਂ ਮੈਨੂੰ ਲੱਗਦਾ ਸਾਰੇ 15-20 ਮਿੰਟ ਹੋਏ ਘਰੋਂ ਗਏ ਨੂੰ। ਹੁਣ ਫਿਰ ਜਾਂਦਾ ਜਾਂਦਾ ਨਹੀਂ, ਇੱਥੇ ਰਹੂਗਾ, ਕਿੱਥੋਂ ਜਾਂਦਾ ਨਹੀਂ, ਮੈਂ ਤਾਂ ਪੁੱਛਿਆ ਸੀਗਾ, ਮੈਂ ਕਹਾਂ ਵੀ ਦੁਬਾਰੇ ਜਾਊਂਗਾ, ਨਾ ਕਹਿੰਦਾ ਮੇਰੀ ਤਾਂ ਪੜ੍ਹਾਈ ਪੂਰੀ ਹੋ ਗਈ, ਬਸ ਕਹਿੰਦਾ ਮੈਂ ਤਾਂ ਜੋਬ ਦੇ ਫਾਰਮ ਅਪਲਾਈ ਕਰ ਰਿਹਾ। ਫਿਰ ਇਹ ਤਾਂ ਜਮੀ ਔਖਾ ਹੋ ਗਿਆ, ਫਿਰ ਆਪਾਂ ਕਿਵੇਂ ਮਿਲਿਆ ਕਰਾਂਗੇ, ਨਾ ਫਿਰ ਤੈਨੂੰ ਇਹਨੇ ਬਾਹਰ ਜਾਣ ਦੇਣਾ। ਉਹ ਤਾਂ ਕੋਈ ਨਾ ਕੋਈ ਪਲਾਨ ਬਣਾਉਣਾ ਹੀ ਪੈਣਾ ਗਾ, ਹੁਣ ਮੈਂ ਕਰਾਂ ਕਿ, ਮੈਂ ਤਾਂ ਹੀ ਸਮਝ ਆਉਂਦਾ ਹੈਗਾ। ਚਲੋ ਉਹ ਤਾਂ ਆਪਾਂ ਕੱਢ ਲਿਆ ਕਰਾਂਗੇ, ਬਸ ਤੂੰ ਨਾ ਪਾਸਾ ਵੱਟੀ ਕਦੇ ਇਹੋ ਮੂੰਹ ਮੋੜ ਜੇ। ਗੱਲ ਹੋ ਸਕਦੀ ਹੈਗੀ ਯਾਰ, ਮੈਂ ਪਾਸਾ ਕਿਵੇਂ ਵੱਟ ਜੂੰਗੀ, ਤੇਰੇ ਬਿਨਾ ਹੈ ਹੀ ਕੌਣ ਮੇਰਾ, ਮਰ ਜੂ ਤੇਰੇ ਬਿਨਾ ਮੈਂ ਸੱਚੀ। ਜਦ ਤਾਂ ਮੈਨੂੰ ਕਹੇ ਵੀ ਤੇਰੇ ਬਿਨਾ ਹੈਗਾ ਕੋਈ ਮੇਰਾ। ਹੋਰ ਚਾਹ ਬਣਾ ਕੇ ਲਿਆਉਂ? ਹੋਰ ਯਾਰ, ਕਿੰਨੇ ਦਿਨ ਹੋ ਗਏ ਤੇਰੇ ਚਾਹ, ਤੇਰੇ ਹੱਥ ਦੀ ਚਾਹ ਹੀ ਨਹੀਂ ਪੀਤੀ, ਬਾਹਲੀ ਯਾਦ ਆਉਂਦੀ ਹੈ। ਮਿੱਠਾ ਵੱਧ ਪਾ ਕੇ ਦੇ ਯਾਰ, ਜਮੀ ਔਖਾ ਹੋ ਗਿਆ ਯਾਰ, ਹੁਣ ਕਿਵੇਂ ਮਿਲਿਆ ਕਰੂੰਗਾ, ਪਹਿਲਾਂ ਨਜ਼ਾਰੇ ਸੀਗੇ, ਕੋਈ ਨਹੀਂ ਸੀਗਾ, ਤਰਸਿਆ ਪਿਆ ਤੇਰੇ ਹੱਥ ਦੀ ਚਾਹ ਪੀ। ਕੀ ਕਰਾਂ ਯਾਰ, ਮੈਨੂੰ ਤਾਂ ਆਪ ਬਹੁਤ ਯਾਦ ਆਉਂਦੀ ਹੈ, ਮੈਨੂੰ ਤਾਂ ਰਾਤ ਨੂੰ ਵੀ ਨੀਂਦ ਆਉਂਦੀ ਸੀ, ਤਾਂ ਅੱਗੇ ਦਿਨ ਵਧੀਆ ਨਿਕਲਣੀ ਸੀ, ਰਾਤ ਨੂੰ ਆ ਕੇ ਮਾਂ ਨੂੰ ਸੌਂ ਜਾਂਦੀ ਸੀ ਜਿੱਤੇ ਨਿਕਲ, ਹੁਣ ਤਾਂ ਨਾ ਰਾਤ ਨਿਕਲੇ ਨਾ ਦਿਨ ਨਿਕਲੇ। ਨਾ ਹੁਣ ਇਹ ਅੱਧੇ ਅੱਗੇ ਨਹੀਂ ਜੋਬ ਜੂਬ ਨੂੰ ਅਪਲਾਈ ਕਰਦਾ ਹੈ, ਕਹਿੰਦਾ ਤਾਂ ਹੈਗਾ ਸੀ ਆ ਮੱਖੀ ਅੱਧ ਤੰਗ ਕਰੀ ਆ। ਹੋਰ ਯਾਰ, ਲਾਈਟ ਵੀ ਭੱਜ ਰਹੀ ਆ, ਗਰਮੀ ਵੀ, ਗਰਮੀ ਵੀ ਬਹੁਤ ਜ਼ਿਆਦਾ ਹੋ ਗਈ। ਚੱਲ ਯਾਰ ਕਰਦੇ ਆ ਕੋਈ ਗੱਲ, ਕੀ ਕਰੀਏ, ਉਹਦਾ ਹੱਲ ਕਰਦੇ ਆ ਯਾਰ, ਇਹ ਤਾਂ ਆਪਣਾ ਬੜਾ ਔਖਾ। ਮੈਨੂੰ ਵੀ ਨਹੀਂ ਸਰਦਾ ਹੈਗਾ, ਕੀ ਕਰਾਂ, ਮੈਨੂੰ ਤਾਂ 3 ਦਿਨ ਹੋ ਗਿਆ, ਮੈਂ ਤਾਂ ਨਾ ਇੰਨੀ ਜਾਨ ਔਖੀ ਹੋਈ ਪਈ ਆ ਇੱਥੇ ਬੈਠੇ ਬੈਠੇ ਦੀ ਕਰੇ। ਓ ਯਾਰ, ਸਾਰਾ ਕੁਛ ਵਧੀਆ ਚੱਲਿਆ ਜਾਂਦਾ ਸੀ, ਹੁਣੀ ਪੜ੍ਹਾਈ ਪੂਰੀ ਹੋਣੀ ਸੀ ਇਹਦੇ। ਹੁਣ ਤਾਂ ਕਰਦੇ ਆ, ਚੱਲ ਕਰਦੇ ਆ ਕੋਈ ਹੱਲ, ਆਪਾਂ ਤਾਂ ਮਿਲਿਆ ਕਰਾਂਗੇ। ਚੱਲ ਚੰਗਾ ਚੰਗਾ, ਧਿਆਨ ਨਾ ਜਾਈ ਮਾੜਾ ਜਾ, ਹੋਰ ਕਿਤੇ ਬਾਹਰ ਆ ਜੇ। ਕਰ ਲੈ ਕੰਮ ਕੁੰਮ, ਕਰ ਲੈ ਬਸ, ਕੰਮ ਤਾਂ ਨਿਬੜੇ ਪਏ ਨੇਗੇ। ਅੱਛਾ, ਤੇ ਮੇਰੀ ਗੱਲ ਸੁਣ, ਜਿਵੇਂ ਬੁੜੀਆਂ ਜਵਾਕ ਨੂੰ ਪਾਲਦੀਆਂ ਹੁੰਦੀਆਂ ਨਾ, ਤੂੰ ਐਂ ਧਿਆਨ ਰੱਖੀ। ਤੇ ਹੋਰ ਮੈਂ ਕਿਵੇਂ ਰੱਖਦੀਆਂ ਕਿ ਧਿਆਨ, ਅਹੀਂ ਧਿਆਨ ਰੱਖਦੀਆਂ। ਮੇਰੀ ਗੱਲ ਸੁਣ, ਉਹਦੀ ਜੋਬ ਲੱਗ ਗਈ, ਵਗ ਜੂਗਾ, ਇੰਨੇ ਉਹ ਨਾ ਹੋ। ਫਿਰ ਮੈਂ ਕਿਹੜਾ ਕੁਛ ਕਹਿਣੀ ਹੈਗੀ ਇਹਨੂੰ, ਮੈਂ ਕਹਿਣ ਪਿੱਛੇ ਥੋੜੀ ਕਿਹਾ ਤੈਨੂੰ।
चल कोई गल नहीं, वो तो मैं हम देख ध्यान रखती हैगी, मैं तो सारा दिन घर ही होनी हैगी, सब कुछ तत्ता ठंडा उन्होंने टाइम सिर मिलता। मैं कहती सी भी अज जे आप माड़ा जा आते मेरी भैन को जाना सी, मेरे भाण जी पता वो मेरी गल सुन, छोटे तो रोज ही कोई बीमार रहता है, ठीक है। मैं इथों नहीं बाबा गुरु जाईदा, तू रोज ही तुरी रहनी है, कदे सुरखे लाके उधर चढ़ गई, कदे उधर चढ़ गई, अज साडा बीमार, अज आ बीमार, ये बीमार ही रहणगे, मैं तो आपका काम कर दांगा। कदे तो बग जा कर, ना तू खुशी च जावे ना तू गमी च जावे, तेरा तो यही कम रह गया बस, ना ये कहना गा भी चल भाई तू कली बग जा, मेरे तो नहीं जाईदा, टोरा ला के आखे बग जानी है, कदे ना सीधे मूह बोलिया है बंदा मैनू। दुखन लग गई मेरे तो, की होया भाभी? कुछ नहीं, फराए जी असर वटे जी ले जानी है जी, वैसे तो सख सुख गई, आए तो हूं सारा दिन काम करी आऊंगी, थकूंगी, मेरे च भी जान है, ते तू दस की चाहिदा सी कुछ? मैं तो इउं ही आ गया, मैं बाई लड़ी आंदे अज तेनू की गल होगी, बाई दा तां तेरा नित दे काम आ लड़न दा, उहनू क्यों काम भी आ लड़न तो अलावा, की हो की गया? कुछ नहीं, ओ तां मेरी भैण कोले जाणा सीगा, मैनू कहता महां वग चलदे आ, ते कहिंदा तेरा रोज दी काम आ गा, आपां वग चलदे आ ना, बस हुण तां मेरा मूड नहीं जांदी, मूड ठीक कर दांगे, तुसीं दस्सो तां सही ना, बस लोड़ ही जे तैनूं कुछ चाहिदा दस दे, मिलिया नहीं मैं कुछ नहीं चाहिदा, मैं तां उहदा पुछण जे आ गया। अच्छा हां, पता नहीं की हो गया, साइड जी हो रही है, और मेनू की चाहिए? चल ठीक है, जब मैं कुछ चाहिए लिया देनी है, कोई गल तेन, चल कोई गल नहीं, तू बैठता जा इत्थे, भजन नु दस किधर करदी है जी, बैठता जा फिर, फिर आ तो छड्ड हाथ, तू आई क्यों फड़ दंगा हाथ, फिर हाथी पड़े, फिर और की किता मैं, तू बैठता जा, बैठी है चल दस, फिर तू कादे वास्ते आया मेरे, तू मेनू गल ता दस दे जिहड़ी मैं पुछी हैगी, मैं की दसना गल तेन, दसता दे मैं दसूंगी फिर ही जो कोई गल होगी, मैं ही पूछ भी की होया है, बस तेन दसता भी की होया सीगा, उधर जाना सी, ओदे पिछे गल सी भी, होर फिर आपा वग चलदे आ, कोई सेवा सुवा करनी है तां ओ दस दे, नहीं कोई गल नहीं, क्यों बस ते दसन वाली गल ही नहीं है कोई, मैं तेनू की दसूंगी, होर किनू दसना ही आ, नहीं है किसी ने भी दसन वाली, क्यों मेरा दिमाग खराब करे, मैं तो आप ही पहली टेंशन चैठी, जो रूम च जाके कर दी आराम, ठीक है, मैं तो तू ही इन्नी दर्द करी जाती सी, मैं चल इतने दो मिनट पैनी आ, आके होर ही लग गया गल्ला मारन, फिर मैं बग चलना उठे, तो तू कि हक नाल जाएगा बी मेरे नाल, तू कह दी द्योरा मेरा, द्योरा मेरा, तो उत्थे मेरी बाली इज्जत बनूगी मर, ਤੇ ਆਖਣਗੇ ਅੱਛਾ ਘਰ ਵਾਲਾ ਤਾਂ ਕਦੇ ਆਇਆ ਨੀ ਹੈਗਾ, ਕਿ ਤੂੰ 6 ਮਹੀਨੇ ਹੋ ਗਏ ਮੇਰੇ ਭੈਣਾਂ ਕੋ ਸਾਦੀ ਨੂੰ, ਤੇ ਹੁਣ ਆਈ ਵੀ ਤਾਂ ਹੁਣ ਦਿਓਰ ਨੂੰ ਨਾਲ ਲੈ ਕੇ ਆ ਗਈ, ਫੇਰ ਕੀ ਹੁੰਦਾ, ਫੇਰ ਕੀ ਹੁੰਦਾ, ਦਿਓਰ ਤਾਂ ਦਿਓਰ ਹੀ ਹੁੰਦਾ, ਦਿਓਰ ਤਾਂ ਦਿਓਰ ਹੀ ਹੁੰਦਾ, ਦਿਓਰ ਘਰੇ ਠੀਕ ਲੱਗਦਾ, ਫਿਰ ਬਾਹਰ ਅੰਦਰ ਥੋੜੀ ਨਾਲ ਲਜਾਈਦਾ, ਬਸ ਤੂੰ ਆਪਦਾ ਇੱਥੇ ਬੈਠਾ ਰਹੇ, ਮੈਂ ਹੀ ਜਾਨੀ ਉਧਰ, ਮੁੱਦ ਹੋ ਗਈ ਯਾਰ, ਸੂਈ ਕੁੱਤੀ ਵਾਂਗੂ ਪੈਂਦੀ ਹੈਗੀ, ਕਿਸੇ ਹਿਸਾਬ ਨਾਲ ਹੀ ਨੀ ਬੋਲੀ ਜੀ ਪੈਂਦੀ ਹੈਗੀ, ਕੀ ਕਰੀ, ਨੱਕ ਚ ਦਮ ਕਰ ਰੱਖੇ ਹੈ ਜੀ, ਕੋਈ ਤਾਂ ਘੁੰਡੀ ਨੀ ਲੱਭਣੀ ਹੋਊਗੀ, ਮੈਂ ਤਾਂ ਨੀ ਆਪਣਾ ਦਵਾ ਲਈ, ਚੱਲ ਕੀ ਪਤਾ ਰੱਬ ਕੋਈ ਰਾਹ ਦਿਖਾਈ ਜੇ, ਚੱਲ ਆਪਾਂ ਉੱਥੇ ਆਰਾਮ ਕਰ ਲਾ ਦੁਪਹਿਰਾ ਹੋ ਰਿਹਾ, ਭਾਬੀ ਹਾਂ ਮੈਂ ਜਾ ਕੇ ਆਉਣਾ, 2-3 ਘੰਟੇ ਲੱਗਣਗੇ, ਕੋਈ ਨੀ ਜਾਇਆ, ਹਾਂ ਜੇ ਬਾਈ ਬੂਈ ਪੁੱਛਣ ਲੱਗਿਆ ਮੈਂ ਦੱਸ ਨੀ, ਕਦੇ ਮੈਨੂੰ ਦੱਸ ਕੇ ਗਿਆ, ਕੋਈ ਗੱਲ ਨੀ, ਕੋਈ ਕਿਤੇ ਫਿਰ ਭਾਲੀ ਜਾ, ਨਾ ਕੋਈ ਗੱਲ ਦੱਸ ਦੂੰ, ਚੰਗਾ ਜਾਏ ਬਾ, ਮੈਂ ਸ਼ਹਿਰ ਜਾ ਕੇ ਉਹਨਾਂ ਦੇ ਲੈ ਜੀ ਨਾਲ, ਠੀਕ ਹੈ ਠੀਕ ਹੈ, ਕੱਪੜੇ ਤੇਰੇ ਉੱਤੇ ਪਏ ਨੇ ਟੇਬਲ ਤੇ ਪ੍ਰੈਸ ਕਰੇ, ਕੱਪੜੇ ਤਾਂ ਬਸ ਆਹੀ ਵਧੀਆ, ਕੋਈ ਗੱਲ ਨਹੀਂ, ਠੀਕ ਹੈ ਕੋਈ ਨਹੀਂ, ਹੁਣੇ ਕਿਵੇਂ ਆ, ਹਾਏ ਤੂੰ ਕਿਵੇਂ, ਮੈਂ ਤਾਂ ਲੱਤਾਂ ਕੰਬਣ ਲਾਤੀਆਂ, ਤੇ ਕੰਮ ਕਰਦੀ ਨਹੀਂ, ਉਹ ਹੁਣੀ ਗਿਆ ਗਾ ਘਰੋਂ, ਉਹ ਮੇਰੇ ਸਾਹਮਣੇ ਹੀ ਗਿਆ, ਨਿਗਾਹ ਨੂੰ ਰੱਖ ਕੇ ਫੇਰ ਹੀ, ਚੰਗਾ ਤੂੰ ਹੁਣ ਇੱਧਰ ਰੂਮ ਚ ਆ ਜਾ, ਇੱਧਰ ਲੇਟ ਹੋਇਆ ਵੀ ਨਾ ਲਵੇ, ਓਏ ਕੋਈ ਨਹੀਂ ਹੋਗਾ, ਕਿਉਂ ਲੜੀ ਜਾਂਦੀ ਨਾ, ਡਰਤਾ ਲੱਗਦਾ ਹੀ ਹੈਗਾ, ਤੇ ਤੈਨੂੰ ਡਰ ਨਹੀਂ ਲੱਗਿਆ ਜਮੀ, ਮੈਨੂੰ ਤਾਂ ਚਾਹ ਚੜ ਗਿਆ ਵੀ ਮੈਂ ਜਾਊਂ ਤੈਨੂੰ ਮਿਲਣ, ਚਾਹ ਚੜ ਗਿਆ, ਮੈਂ ਤਾਂ ਅਸੀਂ ਸਲਾਹ ਹੀ ਕਰੀ ਜਾਂਦੀ ਸੀ, ਮੈਂ ਕਿਹਾ ਹੁਣੀ ਗਿਆ ਗਾ, ਮੈਂ ਚੱਲ ਲਾਉਣੀ ਹੈਗੀ ਫੋਨ ਮੈਂ, ਤੇ ਇੰਨੀ ਤੂੰ ਆ ਹੀ ਗਿਆ, ਮੈਂ ਦੇਖ ਕੇ ਗਿਆ ਆਇਆਗਾ, ਉਹ ਜਾਂਦਾ ਸੀਗਾ ਤੇ ਆਸੇ ਪਾਸੇ ਕੋਈ ਨਹੀਂ ਸੀਗਾ, ਮੈਂ ਕਿਹਾ ਮਿਲੇ ਆਉਣੇ, ਇਹ ਘਰਾਂ ਤਾਂ ਮੇਰੇ ਲੱਤਾਂ ਚੋਂ ਸੀਂਦ ਕੱਢਤਾ ਤੂੰ, ਮੈਂ ਤਾਂ ਡਰ ਗਈ, ਮੈਂ ਕਿਹਾ ਸਪਰਾਈਜ਼ ਦੇ ਦੀ ਜਾ ਕੇ, ਕਿਹੜਾ ਸਪਰਾਈਜ਼, ਮੈਂ ਤਾਂ ਅਟੈਕ ਕਰਵਾ ਦੇਗਾ, ਹੈ ਤੂੰ, ਹੋਰ ਸੁਣਾ ਫਿਰ ਕਿਵੇਂ,
बस यार कुछ नहीं बा तेरे बिना सारा जी मेरा तो जी जी नहीं लगता की करिए फिर मैं देखी कुछ समझ नहीं आता हैगा मेरे ताप कोई बहाना नहीं चलता बथेरे बहाने मार दिया घरों निकल जोगर ही नहीं है मैं तो जमी आए कैदी हुई पी है मैं तो जेलम गजेली बन गई आई लगता कली बग जा मेनु कली बग जा मैं तेन मूर फोन कर दू ते केड़ा कहना आकड़ के बग गया तेरे तो रोज भैन भाई लोट ही नहीं आंदे है कोई लोड़ नहीं है जान ज्यादा कम कर घरे रोज बग जा तैयार होकर है कह के टप गए रहिंदा हुंदा मेरा देवर बोलदा कहिंदा मैं बाग चलदा ओहदा मूर ही रहना ओही तां गल जाणा तां मैं तेरे कोल सी बहाने तां मैं तां मारदी सी ओहनूं मैं किवें लैके जावां मैं तां ओहनूं वी हर कैं कहता मैं कहा बस मेरा तां मां मूड खराब मैं कहा मैं तेनूं नाल लैके जांदी हैगी मैं कहा मैं तेरे रेस्ट कर दूंगा मैं कहा कम कर हाई कह के मैं उतों खड़ा छड़ाया हूं प्यार तू ना बोल पा हूं राज नूं की पता मन मुन नहीं जावे ओ राज तैनूं पता तां है देख ले मिठियां दो केड़ियां मिठियां नाल सुनण वाला गा ओ तां ਜੇ ਮਿੱਠਾ ਨਾ ਸੁਣਨ ਵਾਲਾ ਹੁੰਦਾ ਫਿਰ ਕਾਹਦੇ ਘੱਟ ਨਹੀਂ ਨਹੀਂ ਯਾਰ ਉਹ ਵੀ ਬੰਦਾ ਜਾਣਾ ਦੁੱਖ ਸੁੱਖ ਆਈ ਨਹੀਂ ਵੀ ਗੱਲ ਸਮਝਦਾ ਨਹੀਂ ਗਾ ਨਾ ਫਿਰ ਮੈਂ ਤੇਰੇ ਕੋਲੇ ਕਿਉਂ ਢਿੱਡ ਹੋਰਨਾ ਕਿਉਂ ਤੇਰੇ ਮੋਢੇ ਤੇ ਸਿਰ ਧਰ ਕੇ ਰੋਵਾਂ ਮੈਂ ਜੇ ਉਹ ਦੁੱਖ ਸੁੱਖ ਕਰਦਾ ਹੋਵੇ ਪਤਾ ਨਹੀਂ ਕਿਹੜੀ ਦੁਨੀਆ ਜਾ ਰਹਿਣਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਕਰਨਾ ਪਊ ਫਿਰ ਇਹਦਾ ਦਾ ਤੇਰੇ ਦਿਓ ਦਾ ਕੋਈ ਹੱਲ ਹੈ ਨਾ ਇਹ ਤਾਂ ਆਪਣਾ ਔਖਾ ਹੋ ਗਿਆ ਯਾਰ ਮਿਲਣਾ ਤੇ ਹੋਰ ਮੈਨੂੰ ਤਾਂ ਆਪ ਨੂੰ ਐਂ ਲੱਗੀ ਜਾਂਦਾ ਗਾ ਮੇਰਾ ਤਾਂ ਜਿੱਦੇ ਦਾ ਉਹ ਆਇਆ ਅਜੀਜ ਹੀ ਨਹੀਂ ਲੱਗਦਾ ਕਿੱਥੋਂ ਜੀ ਲੱਗਦਾ ਗਾ ਤੇਰਾ ਜੀ ਲੱਗਦਾ ਮੇਰਾ ਕਿਹੜਾ ਜੀ ਲੱਗਦਾ ਗਾ ਪਹਿਲਾਂ ਨਜ਼ਾਰੇ ਸੀ ਵਧੀਆ ਮਿਲਦੇ ਸੀਗੇ ਕੋਈ ਸੋਚ ਨੀ ਕੋਈ ਫਿਕਰ ਨਹੀਂ ਸੀ ਕਿਧਰੋਂ ਹੀ ਆ ਕੇ ਪੰਗਾ ਜਿਹਾ ਪਾਤਾ ਉਹਨੇ ਤਾਂ ਹੁਣ ਕਦੋਂ ਕਹੂਗਾ ਫਿਰ ਪਤਾ ਨਹੀਂ ਚੱਲ ਹੋਰ ਦੱਸ ਯਾਰ ਫਿਕਰਾਂ ਨੂੰ ਛੱਡ ਤੰਗਾ ਬਾਹਰ ਵੀ ਖੁੱਲਾ ਪਿਆ ਗਾ ਮੈਨੂੰ ਤਾਂ ਡਰ ਵੀ ਲੱਗੀ ਜਾਂਦਾ ਗਾ ਮੈਂ ਸਾਰਾ ਯਾਰ ਘਾਟਾ ਮਿਲਣਾ ਆ ਹੁਣ ਹੀ ਤੂੰ ਡਰ ਡਰ ਸੁਣਾ ਕੋਈ ਗੱਲਬਾਤ ਦੇਖੀ ਜਾਊ ਜਿਹੜਾ ਕੁਛ ਬਣੂਗਾ ਡਰ ਚ ਔੜਦੀਆਂ ਵੀ ਨਹੀਂ ਹੈਗੀਆਂ बहाना अज शाम पुछूंगी जो आ गया ना राज करे मैं कहूंगी भी मैं कली जाए है कि ना तो मैं कहा नहीं दोबारा कहूंगी फिर मैं तेन फोन करूंगी पूरा एंजॉय करके आवे यार बस शाम कई दिन बस लेट हो गई सी कली गई सी ਮਾਰੀ ਸੌ ਬਹਾਨੇ ਹੁਣ ਕੀ ਪਤਾ ਲੱਗਦਾ ਘਰੇ ਬੰਨੀ ਬੈਠੀ ਆ ਚਲੋ ਠੀਕ ਹੈ ਹੋਰ ਦੱਸ ਫਿਰ ਤੂੰ ਫੋਨ ਕਾਹਤੋਂ ਨਹੀਂ ਕੀਤਾ ਹੈਗਾ ਜਦੋਂ ਆਇਆ ਸੀ ਉਹ ਮੈਨੂੰ ਆਇਆ ਸੀ ਮੈਂ ਚੱਲ ਪਿੰਡ ਦੇ ਨੇੜੇ ਜਾ ਕੇ ਫੋਨ ਲਾਵਾਂਗੇ ਅੱਛਾ ਘਰੀ ਹੋਏਗਾ ਅੱਛਾ ਹੋਰ ਦੱਸ ਹਾਂ ਤਾਂ ਘਰੀ ਸੀਗਾ ਮੈਂ ਤਾਂ ਹੋਰ ਫਿਰ ਕੀ ਕਰਦਾ ਬਣਦਾ ਨੇ ਮੈਨੂੰ ਇੱਕ ਗੱਲ ਦੱਸ ਯਾਰ ਵਧੀਆ ਹੋਇਆ ਤੂੰ ਆ ਗਿਆ ਹਨਾ ਹੂੰ ਤਾਂ ਤੈਨੂੰ ਫੋਨ ਹੀ ਲਾਉਂਦਾ ਜਰਾ ਜਿਹੜੀ ਮੇਰੀ ਭਾਬੀ ਹੈਗੀ ਹਨਾ ਜਰਾ ਅੱਜ ਮੈਂ ਕਿਤੇ ਕੰਮ ਵਗ ਗਿਆ ਤੇ ਜਦੋਂ ਮੈਂ ਕੋਈ ਚੀਜ਼ ਭੁੱਲ ਗਿਆ ਮੈਂ ਠੀਕ ਹੈ ਮੈਂ ਚਾਰਜਰ ਚੱਕ ਕੇ ਲਿਆਣਾ ਸੀ ਉਹਦਾ ਬੰਟੀ ਦਾ ਸੀਗਾ ਮੇਰੇ ਕੋਲੇ ਜਦੋਂ ਮੈਂ ਚੱਕਣ ਆਇਆ ਸਾਹਮਣੇ ਦੇਖਿਆ ਨਾ ਕੋਈ ਮੁੰਡਾ ਉਹਦੇ ਬੈਠਾ ਦੋਨੇ ਗੱਲਾਂ ਕਰੀ ਜਾਣ ਯਾਰ ਮੈਂ ਵੀਡੀਓ ਵੀ ਬਣਾਈ ਹੈ ਜੀ ਵੀਡੀਓ ਬਣਾਈ ਹੈ ਹਾਂ ਫਿਰ ਤੂੰ ਉਹਦੇ ਪਾਣਾ ਸਕੀਮ ਉਤੇ ਕੀ ਸਕੀਮ ਪਾਈ ਆਪਾਂ ਉਤੇ ਤੂੰ ਤਾਂ ਮੈਨੂੰ ਬਾਲ ਅੜਬਾ ਕੰਮ ਤੇਰੇ ਉਹ ਅੜਬਾ ਆਪਣਾ ਦਿਖਾ ਦੇ ਉਹ ਪੂਰਾ रोड़ी खेड हो गया सारा कुछ ले जू समेट के कर दिला तू कहना मैं घरे नी आंदा है मैं ता ही नहीं गया है मैं चल यार ਕੀ ਕਰਾਉਣਾ ਹੈਗਾ ਮੈਂ ਤੂੰ ਬਾਲੇ ਕਹੀ ਜਾਣਾ ਮੈਂ ਚੱਲ ਚੱਲਦੇ ਆ ਅੱਖ ਦੇ ਤੂੰ ਠੀਕ ਆ ਹੋਰ ਵੀਰਾ ਠੀਕ ਹੈ ਵਧੀਆ ਤੇ ਮੁੰਡੇ ਵਾਲਾ ਕਿੱਧਰ ਰਹਿੰਦਾ ਹੁੰਦਾ ਪਾਬੀ ਉਹਦਾ ਕੰਮ ਤੇ ਜਾਂਦਾ ਹੁੰਦਾ ਯਾਰ ਦਫ਼ਤਰ 'ਚ ਲੱਗਿਆ ਮੈਨੇਜਮੈਂਟ ਦਾ ਆ ਮੇਰਾ ਦੋਸਤ ਆ ਚੰਡੀਗੜ੍ਹੋਂ ਆਇਆ ਹੈ ਜੀ ਤੇ
चाह पानी का कर लो इंतजाम। चाह बना दे नहीं? हाँ चाह चाह तो रहने दे बस पी ला कोट ना तो तू बड़ा करने लग गया मैं ता आ गया करे वो चल मैं आया दूर हूं आयांगा सीधा ना चाह जी बस सामान देख फिर ਕਿਵੇਂ ਲੱਗਦਾ? ਅੱਖ ਦਾ ਪੇਜ ਹੀ ਲੱਗਦੀ ਇਹਨਾਂ ਨੇ। ਮੈਂ ਹੱਥ ਵੀ ਕੱਢਿਆ ਸੀ ਦੇਖ ਹੱਥ ਨਹੀਂ ਮਿਲਾਇਆ, ਨਹੀਂ ਤਾਂ ਉਹਦਾ ਜੀ ਕਰਦਾ ਸੀ। ਚਲਾਕ ਆਪਣੇ ਆਪ ਸ਼ਰੀਫ ਦਿਖਾਉਂਦੀ ਆ, ਅੱਖ ਤਾਂ ਬੜੀ ਕੱਬੀ ਆ ਓਏ। ਕੌਣ ਆ ਤੂੰ? ਸਕੀਮ ਵਾਲਾ ਵਧੀਆ ਰਹੇਗਾ ਤੈਨੂੰ ਕੰਦ ਕਰੇ ਸੋਡੇ ਵਾਲਾ ਜਿਹੜਾ ਖੜਦਾ ਹੈ ਕਰੇ ਹੈ ਤੇ ਤੂੰ ਦਾ ਹਿਸਾਬ ਚ ਠੀਕ ਆ, ਨਹੀਂ ਪਰ ਮੈਨੂੰ ਨਾ ਗੇਮ ਪਾਉਣੀ ਪੈ ਜੀ ਕਦੀ। ਚੱਲ ਕਰਦਾ ਮੈਂ ਕੋਈ ਗੱਲ ਨੀ ਹੱਲ। ਮੈਂ ਤਾਂ ਇਹ ਕਹਿੰਦਾ ਵੀ ਯਾਰ ਆ ਤੂੰ ਮੇਰਾ, ਯਾਰ ਮਾਰਨੀ ਕਹਿੰਦੀ ਉਹ ਪਰ ਹੁਣ ਹਟਦੀ ਨੀ ਹੈਗੀ ਦੇਖ। ਪਰ ਹਟਾਉਣ ਦਾ ਤੇ ਇਹੀ ਤਰੀਕਾ ਵੀ ਤੂੰ ਇਹਨੂੰ ਦਿਖਾ ਵੀਡੀਓ ਕਰੇ ਬਈ ਇੰਨਾ ਤਾਂ ਆਹ ਕੰਮ ਕਰ ਨਹੀਂ ਮੈਂ ਬਾਈ ਨੂੰ ਦਿਖਾਉਣਾ। ਚੱਲ ਕਰਦਾ ਮੈਂ ਹੱਲ। ਉਹ ਤਾਂ ਚੱਲ ਮੈਨੂੰ ਵੀ ਕਾਲ ਸੀ ਯਾਰ, ਮੈਂ ਕਹਾਂ ਜਾ ਕਹਿਣਾ ਸੀ। ਅੱਛਾ ਹਾਂ ਆਉਂਗਾ ਮੈਂ ਆ ਜੀ, ਮੈਨੂੰ ਨਹੀਂ ਕਾਲ ਕਰ ਲਈ ਮਾਰੂੰ ਬੇੜਾ ਮੈਂ ਥੋੜਾ ਜਿਹਾ ਆ ਜੂ ਮੈਂ ਕੋਈ ਚੱਕਰੀ ਨਹੀਂ। ਬਾਕੀ ਮੇਰੀ ਗੱਲ ਸੁਣ, ਵੀਡੀਓ ਵੂਡੀਓ ਦਿਖਾ ਕੇ ਮੈਨੂੰ ਹਾਂ, ਜਿਹੜਾ ਅੰਦਰ ਭਾਬੜ ਵੱਜਦਾ ਨਾ ਤੇਰੇ ਅੱਗ ਲੱਗੇ ਤੈਨੂੰ ਉਹਦਾ ਬਜਾਲਾ ਬਜਾਉਣੇ ਆ। ਕੋਈ ਨਾ ਘਰ ਦੀ ਜ ਗੱਲ ਨਾ ਘਰੇ ਰਹਿ ਜੂ ਹੈ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਫਰਕ ਤਾਂ ਕੀ ਪੈਣਾ, ਬੁੱਝੂ ਕਹਿੰਦੇ ਆ ਕਿੱਦੇ ਦਾ ਕਹਿੰਦਾ ਫਿਰਦਾ ਨੂੰ ਕੋਈ ਹੈ। ਬਾਕੀ ਜੇ ਕੋਈ ਹੋਰ ਗੱਲ ਪੁੱਛਣੀ ਹੋਈ ਤਾਂ ਮੈਨੂੰ ਫੋਨ ਲਾ ਲਈ, ਤੇਰਾ ਭਾਈ ਤੁਰਤ ਪੈਰ ਖੜਾਊ ਤੇਰੇ ਨਾਲ। ਠੀਕ ਆ ਬਾ, ਕੋਈ ਗੱਲ ਨਹੀਂ, ਕਰਦੇ ਆ ਆਪਾਂ ਹੀਲਾ ਵਸੀਲਾ, ਮਿਲਦੇ ਆ, ਕੋਈ ਚੱਕਰ ਨਹੀਂ। ਤੇ ਬਾਈ ਨੂੰ ਦੇਖਦੇ ਜੇ ਆ ਗਿਆ ਹੋਊਗਾ। ਚੰਡੀਗੜ੍ਹ ਰੱਖ ਲੈ ਅੱਜ, ਰੱਖ ਲੈ ਰਹਿ ਜਾ ਅੱਜ, ਰੋਜ਼ ਰੋਜ਼ ਕਢਾਏ ਜਾਂਦੇ ਪੇਗ ਸ਼ੇਗ ਲਾਉਣੇ ਆਪਾਂ। ਆਪਾਂ ਪੇਗ ਸ਼ੇਗ ਵਾਲੇ ਹੈ ਨੀ ਯਾਰ। ਅੱਛਾ ਯਾਰ ਇਹੋ ਜਿਹੀ ਦੁਨੀਆ ਚ ਤਾਂ ਕੋਈ ਬੰਦੇ ਹੀ ਨੀ, ਤੂੰ ਕਿਵੇਂ ਰਹਿ ਗਿਆ ਓਲੇ ਜੇ ਚ? ਨਾ ਨਾ ਬਈ ਆਪਾਂ ਦਾਰੂ ਪੇਗ ਸ਼ੇਗ ਵਾਲੇ ਹੈ ਨੀ। ਅੱਛਾ ਦੇਖ ਲੈ ਫਿਰ ਹੋਰ ਕੁਛ ਘੁਮਾ ਲਿਆ ਉਹਨੇ, ਮੋਟਰ ਮੋਟਰ ਤੇ ਘੁਮਾ ਲਿਆ ਆਪਣੀ ਤੇ। ਮੈਂ ਤਾਂ ਕਿਹਾ ਸੀ ਮਹਾਂ ਬਗ ਚੱਲਦੇ ਨਾ, ਮੈਨੂੰ ਕਾਰ ਆ ਥੋੜੀ ਜੀ, ਤੈਨੂੰ ਪਤਾ ਤਾਂ ਹੈਗਾ ਯਾਰ, ਤੈਨੂੰ ਦੱਸ ਕੇ ਤਾਂ ਆੜਿਆ। ਉਹ ਰਹਿ ਪਾਉਂਦਾ ਇੱਕ ਦਿਨ ਦਾ ਕੁਛ ਨਹੀਂ ਹੁੰਦਾ, ਉਹੀ ਨਾ ਮੈਂ ਵਾਪਸ ਆਉਣ ਵਾਲੇ ਆਉਂਗਾ ਉਦੋਂ ਲਾ ਕੇ ਜਾਊਂ ਦੋ ਚਾਰ ਦਿਨ। ਚੱਲ ਕੋਈ ਗੱਲ ਨਹੀਂ ਵਾਪਸ ਆਊਂਗਾ ਕੋਈ ਨਹੀਂ। ਠੀਕ ਅਜੇ ਤਾਂ ਇੱਥੇ ਹੀ ਆ ਮੈਂ, ਅਜੇ ਨਹੀਂ ਜਾਂਦਾ ਵਾਪਸ। ਠੀਕ ਹੈ ਜੀ ਠੀਕ। ਆ ਪਿਆਗਾ ਚੌਧਰੀ ਬਣਿਆਗਾ ਮੇਰੇ ਬੈਡਾਂ ਤੇ ਕੇ ਜੇ ਉੱਠ ਤੂੰ ਉਧਰ ਚੱਲ ਆਪਦੇ ਰੂਮ ਚ, ਮੈਂ ਇੱਥੇ ਆਰਾਮ ਕਰਨਾਗਾ। ਤੂੰ ਮੋਏ ਨਾ ਪਿਆਗਾ ਲੇਟਾ ਬੈਠਾ। ਮੈਂ ਤਾਂ ਇਸੀ ਥੱਲੇ ਆਪਦਾ ਸੋਨਾ, ਤੂੰ ਉਧਰ ਵਗ ਜਾ ਯਾਰ। ਮੈਂ ਕਿੱਧਰ ਜਾਵਾਂ, ਤੂੰ ਜਾ ਉਧਰ ਆਪਦਾ ਮੰਜਾ ਡਾਹਿਆ ਪਿਆਗਾ, ਉੱਥੇ ਜਾ ਕੇ ਆਰਾਮ ਕਰ ਲੈ, ਮੈਨੂੰ ਵੀ ਦੁਪਹਿਰਾ ਕੱਢ ਲੈਣ ਦੇ। ਫੇ ਕੱਢ ਲੈ ਇੱਥੇ ਬੈਠ ਇੱਥੇ ਮੈਂ। ਅੱਛਾ ਹੁਣ ਤੇਰੇ ਕੋਲ ਮੈਂ ਬੈਡਾਂ ਤੇ ਪਵਾਂ, ਤੂੰ ਚੱਲ ਉਧਰ ਬਾਹਰ ਜਾ, ਤੂੰ ਮੈਂ ਪੈਣਾਗਾ। ਕਿਉਂ ਫੇਰ ਕਿਉਂ ਜੀ, ਜੇ ਆਈ ਪੈ ਜਾਏਗੀ ਮੈਂ ਕਿ ਦੰਦੀਆਂ ਵੱਢ ਦਾਂਗਾ। ਇਹ ਕੋਈ ਬੋਲਣ ਦਾ ਤਰੀਕਾ ਹੋਇਆਗਾ? ਭਰਜਾਈ ਨਾ ਗੱਲ ਕਰਦੇ ਹੁੰਦੇ ਹੈਗੇ, ਹੋਰ ਕਿਵੇਂ ਕਰਾਂ। ਜਦੋਂ ਮੈਂ ਇੱਕ ਵਾਰੀ ਕਹਿਤਾ ਵੀ ਜਾ ਕੇ ਤੂੰ ਆਦਾ ਬਾਹਰ ਹੋ ਜਾ ਰੂਮ ਚ, ਸਰਪ੍ਰਾਈਜ਼ ਵੀ ਦੇਣਾਗਾ। ਸਰਪ੍ਰਾਈਜ਼ ਕਾਹਦਾ ਹੋ ਗਿਆ? ਮੇਰੀ ਭਾਬੀ ਤੂੰ ਹੱਕ ਵੱਡਦਾ ਮੇਰਾ ਬੇਟ। ਅਵਰੇ ਜਾ ਬਹਿ ਜਾ ਜੀ, ਕਿਆ ਹੈ ਜੇ ਕਿਆ ਹੈ ਬੋਲੀਏ। ਹੁਣ ਜਵਾਨ ਨੂੰ ਤਾਲਾ ਲੱਗ ਗਿਆ। ਐ ਨਾ ਮੋਏ ਡਿਲੀਟ ਕਰ ਦੇ। ਕਿਉਂ ਫਿਰ ਮੇਰੇ ਦਿਲ ਨੂੰ ਲਾਡ ਲਾ ਦੇ, ਕਿਹਾ ਨਹੀਂ ਕਰ ਦੇ ਮੇਰੇ ਨਾ। ਕਿਉਂ ਲਾਡ ਲਾ ਦੇ? ਐਂ ਕਿਉਂ ਕਰ ਦਾਂਗਾ? ਨਹੀਂ 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 ਡਿਲੀਟ ਕਰ ਦੇ ਤੇਰੇ ਮੂਹਰੇ ਹੱਥ ਬੰਨੇ। ਫੋਨ ਤਾਂ ਫੜਾ ਦੇ। ਫੋਨ ਕਿਉਂ ਫੜਾ ਮਾਮਾ? ਬਾਬੀ ਨਾ ਨਾ ਫੋਨ ਨਹੀਂ। ਚੰਗਾ ਚੱਲ ਤਰਬਾਈ ਨੂੰ ਦੱਸੀ। ਠੀਕ ਹੈ ਕੀ ਹੈ? ਦੋਨਾਂ ਦੱਸੂਗੀ ਮੈਂ। ਆਏ ਨਾ ਕਰ ਦੇਖੀ ਤਰਬਾਈ ਤੋਂ ਚੋਰੀ ਚੋਰੀ ਵੀ ਚੱਲੀ ਕੀ ਜਾਂਦਾ ਬਈ, ਸ਼ਰਮ ਕਰੇ। ਫਿਰ ਹੋਰ ਮੈਂ ਕਰਾਂ ਵੀ ਕੀ? ਮੈਂ ਮਜਬੂਰ ਸੀਗੀ, ਮੈਂ ਫੇਰ ਬਾਹਰ ਗਈ ਆ। ਠੀਕ ਹੈ ਨਾ? ਕੀ ਮਜਬੂਰ ਕੀ ਮਜਬੂਰੀ? ਜਿਹੜੀ ਖੁਸ਼ੀ ਮੈਨੂੰ ਤੇਰੇ ਬਾਈ ਤੋਂ ਮਿਲਣੀ ਚਾਹੀਦੀ ਸੀ ਉਹ ਮੈਨੂੰ ਨਹੀਂ ਮਿਲਦੀ ਸੀ ਘਰੇ, ਮੈਂ ਤਾਂ ਬਾਹਰ ਜਾਂਦੀ ਸੀ। ਠੀਕ ਹੈ ਨਾ? ਡਰਾਮੇ ਵਗਰੀ ਜਾਂਦੀ ਹੈ, ਕੋਈ ਡਰਾਮੇ ਨਹੀਂ ਮੈਂ ਕਰਦੀ। ਠੀਕ ਹੈ ਨਾ? ਕੋਈ ਲੱਗ ਜੂ ਪਤਾ। ਕੀ ਪਤਾ ਲੱਗ ਜੂ? ਤੂੰ ਡਿਲੀਟ ਕਰ ਦੇ। ਕਿਉਂ ਕਰਾਂ? ਕਿਸੇ ਨੂੰ ਨਹੀਂ ਦੱਸਣਾ ਹੈਗਾ ਕੁਛ। ਮੈਂ ਤਾਂ ਰੇਡੀਓ 'ਚ ਬੁਲਾ ਕੇ ਆਉਂਗਾ। ਦੇਖਿਆ ਨਹੀਂ ਕਰ, ਬਾਲਾ ਲਾੜ ਲਾ ਦੇ ਉਹਦਾ ਮੇਰੇ ਦੇ। ਨਹੀਂ ਨਹੀਂ ਮੰਨ ਜਾ, ਮੈਂ ਨਹੀਂ ਮੰਨਣਾ ਹੈ। ਮੈਨੂੰ ਫੋਨ ਤਾਂ ਫੜਾ ਦੇ ਤੇਰਾ। ਕਿਉਂ ਫੜਾ ਮਾਮਾ ਫੋਨ ਬਈ? ਮੇਰਾ ਫੋਨ
देख जेड़ा कुछ तू कहेगा ठीक है ना, मैं उही करूंगी, जेड़ा भी कोई काम कहेगा मैं तेरा काम कर दूं, पर ए वीडियो किसी नु नहीं दिखाउनी है ओके। ठीक है ना। मैं देवर बन के आई, क्यों कर दंगा, जेड़ा कुछ कहेगा ना मैं तेरा कहना चाह रही मेरे ठीक है दाग ना, लगी पई है अंदर, क्यों ना दसू मैं तेरी अग में आपे बुझा दू, आई ना कर, पक्का मन में जा तेरे मेरे ना हथ बन्ने, मैं मेरे तो अग लगी पई है अंदर यार, मैं तो दसू ये अग की केड़ी गल कर दे यार, तेरी अग में आपे बुझा दू ठीक है ना, तू फोन फड़ा दे मेरा, फोन नहीं मारता चल जिवें तू कहेगा मैं उम्मी गणा मनूंगी तेरा है। ठीक है, ठीक है बस किसी नु भी दसना नहीं है, बस ठीक है, ज्यादातर तेरे बाई नु तो जमीन पता लग गया, जमीन पता लग गई ठीक है, पर मेरी हर गल माननी थी। हर गल मनूंगी मैं ठीक है, ठीक है, पक्का चल तू इतनी पै जा, मैं तो उधर पै जाऊंगी ठीक है, पाऊंगी मैं इसी चल चल कर ले कोई होना है ना, यार जाड़ थोड़े तो होना ही है, भी मजा आ रहा क्या बात होना होगा नहीं मेरा, शुक्र है परमात्मा हाँ दस किधर भजे नहीं, नाले चारे राह खुले ने, वधिया रब ने मौका दिया। ਹੋਰ ਤੇਰੇ ਕੀ ਬਣਿਆ ਆਪਣੇ ਵਾਲੀ ਕੰਮ ਦਾ, ਮੈਂ ਉਹਨਾਂ ਸਕੀਮ ਤਾਂ ਲੋਡ ਆ ਗਈ ਯਾਰ, ਹਾਂ ਹੁਣ ਅੱਗੇ ਕੀ ਕਰੀ, ਉਹਨੂੰ ਵੀਡੀਓ ਬਾੜੀ ਤਾਂ ਦਿਖਾਤੀ ਸੀਗੀ ਮੈਂ, ਡਰ ਗਈ ਸੀ ਪੂਰਾ ਤਾਂ ਡਰ ਵੀ ਗਈ, ਤੇ ਫਿਰ ਤੂੰ ਹੁਣ ਆਪਦਾ ਕੰਮ ਕੱਢਣਾ ਉਹਦੇ ਤੇ, ਹੂੰ ਕੰਮ ਕੱਢਣਾ ਫਿਰ ਆਪਦਾ ਉਹਨਾਂ ਤੋਂ, ਅੱਛਾ ਇਹ ਕੱਢ ਗਿਆ, ਨਾ ਨਾ ਅਲੱਗ ਕਿੱਥੇ, ਸ਼ਿਕਾਰੀ ਬਣਦਾ ਹੈ ਨਾ ਤੂੰ ਵੀ, ਦੱਸਾਂਗੇ ਤੈਨੂੰ ਜਦੋਂ ਕੰਮ ਕੱਢਿਆ, ਕਾਹਨੂੰ ਦੱਸਦਾ ਤੂੰ, ਨਹੀਂ ਕੰਮ ਦਾ ਤਕੜੀ ਕੋਈ ਨਾ ਕੋਈ ਨਾ, बाकी जे लोड पई किसी चीज दी दस दी, जे बारला बूरला जा आया खवा दे गेड़ा आपां नूं दस दी, ਉਹ ਆਪਾਂ ਕੋਈ ਗੱਲ ਨਹੀਂ ਉਹ ਤੈਨੂੰ ਮੈਂ ਦੱਸੂਗਾ, ਤੇ ਬਸ ਉਹ ਕੰਮ ਕਰਦੀ ਜਾਂਦਾ ਜਾਂਦਾ ਜਿਹੜਾ ਤੈਨੂੰ ਕਿਹਾ ਸੀ, ਉਹ ਤਾਂ ਕਰ ਦਿਆਂਗੇ ਉਹ ਤਾਂ ਕੋਈ, ਹਾਂ ਚੱਲ ਗਿਆ ਫਿਰ ਮੜਾ ਆਇਆ ਮੈਨੂੰ, ਚੱਲ ਆ ਜਾ ਫਿਰ, ਆ ਚੱਲਦੇ ਆ ਫਿਰ, ਚੱਲ ਕੀ ਕਰਾਂ ਯਾਰ, ਤਾਂ ਨਵੀਂ ਸਿਆਪਾ ਪਏਗਾ ਮੇਰੀ ਜਾਣ ਨੂੰ, ਹੁਣ ਤੁਹਾਨੂੰ ਕੁਛ ਸਮਝ ਨਹੀਂ ਆਉਂਦਾ, ਜੇ ਤਾਂ ਮੈਂ ਇਹਨੂੰ ਹੁਣ ਕੁਛ ਕਹਿੰਦੀ ਹਾਂ ਜਾਂ ਰੁੱਖਾ ਬੋਲਦੀ ਹਾਂ ਜਵਾਬ ਦਿੰਦੀ ਹਾਂ ਤਾਂ ਇਹ ਦੱਸ ਦੇਣਾ ਇਹਨੇ ਰਾਜ ਨੂੰ, ਉਹਨੂੰ ਦੱਸਤਾ ਮੈਂ ਕਿਸੇ ਪਾਸੇ ਜੋਗਰੀ ਨਹੀਂ ਰਹਿਣੀ, ਹੁਣ ਤਾਂ ਮਰਦਿਆਂ ਨੂੰ ਅੱਕ ਚੱਬਣਾ ਹੀ ਪੈਣਾ ਗਾ, ਜਿਹੜਾ ਵੀ ਕੁਛ ਕਹੂ ਮੈਨੂੰ ਮੰਨਣਾ ਹੀ ਪੈਣਾ, ਪਰ ਮੈਂ ਉੱਧਰ ਵੀ ਨਹੀਂ ਪਿੱਛੇ ਹਟ ਸਕਦੀ ਹੈਗੀ, ਕਿੱਕੂ ਨੂੰ ਤਾਂ ਮੈਂ ਕਿਸੇ ਹਾਲਤ 'ਚ ਵੀ ਨਹੀਂ ਛੱਡ ਸਕਦੀ, ਪਰ ਜੇ ਮੇਰਾ ਇੱਧਰੋਂ ਪਤਾ ਲੱਗ ਗਿਆ ਤਾਂ ਮੈਨੂੰ ਘਰੋਂ ਕੱਢ ਦੂਗਾ ਇਹ, ਹੁਣ ਮੈਨੂੰ ਤਾਂ ਇਸੇ ਦੀ ਕਹਿਣਾ ਮੰਨਣਾ ਪੈਣਾ ਗਾ, ਬੜਾ ਰੁੱਖਾ ਹੋ ਕੇ ਬੋਲਦੀ ਸੀਗੀ ਮੈਂ ਤਾਂ ਹੱਥ ਨਹੀਂ ਲੱਗਣ ਦਿੰਦੀ ਸੀ ਕਿਤੇ, ਹੁਣ ਮੈਂ ਹੱਥ ਬੰਨ ਕੇ ਆਈ ਹਾਂ ਤੇ ਮੂਹਰੇ, ਚੱਲ ਕੋਈ ਨਹੀਂ ਹੁਣ ਵੀ ਚਾਹ ਪਿਆ ਦਿੰਦੀ ਹੈਗੀ ਮਾੜਾ ਮੋਟਾ ਠੰਡਾ ਰਹੂਗਾ, ਮੰਨਣੀ ਤਾਂ ਪੈਣੀ ਆ ਮੈਨੂੰ ਹੁਣ ਇਹਦੀ ਗੱਲ ਹਰੇਕ। ਸੁੱਤਾ ਹੈ ਤਾਂ ਮੋਏ ਨਾਲ ਕਹਿ ਜੇ, ਉਹ ਦਿਓਰਾ ਉੱਠ ਖੜ ਉੱਠ, ਟਾਈਮ ਦੇਖ ਲੈ, ਚਾਹ ਪੀ ਲੈ, ਕਿੰਨੀਆਂ ਬਾਸੀਆਂ, ਕਿਉਂ ਸੁੱਤਾ ਨਹੀਂ ਸੀਗਾ, ਮਸਾਂ ਤਾਂ ਠਾਇਆ ਹੁਣ ਤੈਨੂੰ, ਤੂੰ ਬੈਠਦਾ ਜਾਣਾ ਭਾਬੇ ਨੂੰ ਭੱਜਣ ਵਾਲਿਆਂ ਵਾਂਗੂ ਕਾਹ ਤੂੰ ਖੜਦੀ ਮੈਂ ਬਹਿ ਕੇ ਕੀ ਕਰਨਾ, ਤੂੰ ਚਾਹ ਪੀ ਲੈ, ਚਾਹ ਤਾਂ ਮੈਂ ਫੇਰ ਹੀ ਪੀਊਂਗਾ, ਪਹਿਲਾਂ ਜਿਹੜਾ ਕੰਮ ਆਖੋ ਉਹ ਕਰ ਮੈਂ, ਕੀ ਕੰਮ ਕਰਨਾ, ਤੂੰ ਪਹਿਲਾਂ ਦੇਵਰ ਦੀ ਅੱਗ ਬਈਆ ਬਾਅਦ ਚ ਕਰ, ਕੋਈ ਗੱਲ ਨਹੀਂ ਕਿਉਂ ਟੈਨਸ਼ਨ ਲੈਣਾ, ਤੇਰਾ ਬਾਈ ਤੇ ਦੁਕਾਨ ਤੇ ਗਿਆ ਉਹ ਘਰ ਹੀ ਆ ਹਜੇ ਉਹ ਕੰਮ ਤੇ ਨਹੀਂ ਗਿਆ, ਮੇਰੀ ਗੁੱਤ ਨਹੀਂ ਪਟਾ ਦੇਗਾ ਤੂੰ, ਕੁਛ ਨਹੀਂ ਕਹਿੰਦਾ ਕਿ ਤੂੰ ਤਾਂ ਮੈਂ ਬਸ ਉਹੀ ਕਰੀ ਜਾਂਦੀ, ਅੱਛਾ ਕੁਛ ਨਹੀਂ ਕਹਿੰਦਾ ਹੈ, ਤੈਨੂੰ ਬੜਾ ਪਤਾ ਕੁਛ ਨਹੀਂ ਕਹਿੰਦਾ, ਨਾ ਤੈਨੂੰ ਪਤਾ ਹੈਗਾ ਤੇਰੇ ਭਰਾ ਦੇ ਗੁੱਸੇ ਦਾ, ਨਹੀਂ ਲਾਰੇ ਲਾਉਂਦੀ, ਜਦੋਂ ਮੈਂ ਤੈਨੂੰ ਕਹੀ ਦਿੱਤਾ ਕੋਈ ਗੱਲ ਨੀ, ਇੰਨੀ ਕਾਹਲੀ ਕਿਉਂ ਕਰਦਾ, ਐਂ ਕਿਉਂ ਕਰਦਾ ਦਿਓਰ ਬਣ ਕੇ ਦੇਖ ਲੈ, ਤੈਨੂੰ ਜਿਹੜਾ ਕੰਮ ਤੂੰ ਕਹੇ ਤਾ ਠੀਕ ਆ ਨਾ, ਮੈਂ ਤੇਰਾ ਕਹਿਣਾ ਮੰਨਦੀ ਤਾਂ ਹੈਗੀ ਆ, ਤੈਨੂੰ ਮੈਂ ਕਹੇ ਤਾ ਜਦੋਂ ਕੀ ਕਹਿਣਾ ਮੰਨਿਆ ਤੈਨੂੰ, ਹਜੇ ਕਿ ਮੇਰਾ ਕਹਿਣਾ ਹੀ ਨੀ ਮੰਨਿਆ ਹੈਗਾ, ਜਿਵੇਂ ਵੀ ਤੂੰ ਕਹੀ ਜਾਂਦਾ ਮੈਂ ਉਵੇਂ ਤਾਂ ਕਰੀ ਜਾਂਦੀ ਹੈਗੀ, ਹੋਰ ਮੈਂ ਕੀ ਕਰਾਂ, ਪੀਲੀ ਚਾਹ ਕਰ ਦੇ, ਚੱਲ ਠੀਕ ਹੈ ਤੂੰ ਦੁਬਾਰਾ ਤਾਂ ਨੀ ਪੈਣਾ ਹੁਣ, ਚੱਲ ਠੀਕ ਹੈ, ਗੱਦਰਿਆ ਨੀ ਬਾਬੇ ਤੂੰ ਤਾਂ ਮੂੰਹ ਲਾਰੇ ਲਾਈ ਜਾਂਦੀ ਹੈਗੀ, ਕੀ ਹੋ ਗਿਆ ਬੈਠੋ ਨੀ, ਸਬਰ ਸਬਰ ਹੁੰਦਾ ਹੈ, ਹੁਣ ਦੁਆ ਦਾ ਬੈਠੀ ਰਹਿ, ਮੇਰੀ ਗੱਲ ਸੁਣ,